कैप्टन चरण सिंह सिद्धू हाँ जी, शेरे पंजाब विकास पार्टी का पंजाब का प्रधान हाँ, और मेरे नाल मेरे पंजाब के लेडी विंग के प्रधान ने बीबी भुपिंदर कौर खालस सिंह, तो साढ़े फौजी वीर ने मेरे नाल साडे फौजियों का सारा जथा अमृतसर का। अज असी जिहड़ा असी बहुत देर तो देख रहे जिवें साडे किसानां दा संघर्ष चल रहा, और जिस तरह डिली डैली करके जिहड़ी सरकार है उन्हां नूं ओह वॉर्न आउट करन दी कोशिश कर रही है कि इहनां नूं थका के इत्थों भजाइए, और सारे किस्म दी टैक्सिस जिहड़ी ओह डिप्लाय कर रही है। अज असी बाबा शहीदां जी आए, बाबे जी सानूं बड़ा विश्वास है, बड़ी ताकत है, असीं इत्थे आए हाँ अरदास करन वास्ते, किसानां दी चढ़दी कला वास्ते कि मेरे सच्चे पातशाह मेरे वाहिगुरू इन्हां नूं चढ़दी कला रखना, मेरे साडे किसान वीरां नूं जिहड़े उत्थे इन्नी ठंड च बैठे ने, इन्नी ठंड दे विच दिन रात उत्थे गुजारे ने बिना लाइट तों बिना पानी तों, और वो उन्हां नूं इन्ना बल कि वह इस मोर्चे नूं फतेह करके आउण, और उस फतेह दे विच असीं अज इत्थे बाबे शीला जी अरदास। बार बार आगू मीटिंगां दे विच उन्हां नूं विचोले कहे जा रहे हैं, जां मीटिंग करदे आ तां मीटिंग विच ये जिहड़ा जी गोदी मीडिया, ये गोदी मीडिया ने पूरी कोशिश की इनू ड्रेल करने वास्ते, एजेंसियां दे बंदे ने वो कदी एजेंसियां दे आप लाउंदे आ, कदी वो खालिस्तान दे नारे मरवा देंदे आ, कदी वो कोई नारा मरवा देंदे, उन्होंने पूरी कोशिश की इनू क्रिमिनल रंग देने वास्ते, लेकिन अनफॉर्चुनेटली ਸਾਡੇ ਕਿਸਾਨ ਵੀਰ ਜਿਹੜੇ ਜਥੇਬੰਦੀਆਂ ਇੰਨੀਆਂ ਇੰਟੈਲੀਜੈਂਟਲੀ ਉੱਥੇ ਡਟੀਆਂ ਨੇ, ਖੁਦ ਫਟ ਫਟ ਕੇ ਬੰਦੇ ਉਹਨਾਂ ਦੇ ਹਵਾਲੇ ਕੀਤੇ, ਉਹਨਾਂ ਨੇ ਉਹਨਾਂ ਨੂੰ ਸਕਸੀਡ ਨਹੀਂ ਹੋਣ ਦਿੱਤਾ, ਨਹੀਂ ਹੁਣ ਸਕਸੀਡ ਹੋਣ ਦਿੱਤਾ, ਅਤੇ ਹੁਣ ਉਹ ਦੁਬਾਰਾ ਰਿਵਰਸ ਆ ਗਏ ਨੇ ਕਿ ਨਹੀਂ ਜੀ ਨਹੀਂ ਇਹ ਤਾਂ ਕਿਸਾਨ ਹੀ ਨੇ, ਕਦੀ ਉਹਨਾਂ ਨੂੰ ਕਾਮਰੇਡ ਕਹਿੰਦੇ ਨੇ, ਕਦੀ ਉਹਨਾਂ ਨੂੰ ਨੈਕਸਟ ਲਾਈਟ ਕਹਿੰਦੇ ਨੇ, ਕਦੀ ਉਹਨਾਂ ਨੂੰ ਖਾਲਿਸਤਾਨੀ ਕਹਿੰਦੇ ਨੇ। ਮੋਦੀ ਸਾਹਿਬ ਇਹ ਪੰਜਾਬ ਦੇ ਸ਼ੇਰ ਨੇ, ਐਂ ਕਹਿਣ ਨਾਲ ਕੋਈ ਗੁਜ਼ਾਰਾ ਨਹੀਂ ਹੋਣਾ, ਉੱਥੋਂ ਹਿੱਲਣਗੇ ਨਹੀਂ ਜਦ ਤੱਕ ਤੁਸੀਂ ਆਪਦਾ ਇਹ ਕਾਨੂੰਨਾਂ ਨੂੰ ਵਾਪਸ ਨਹੀਂ ਲੈਣਗੇ। ਪਰ ਜੇ ਗੱਲ ਕੀਤੀ ਜਾਵੇ ਭਾਜਪਾ ਦੇ ਆਗੂਆਂ ਦਾ, ਉਹਨਾਂ ਦਾ ਕਹਿਣਾ ਕਿ ਜਿਹੜੇ ਟਰੈਕਾਂ 'ਤੇ ਬੈਠੇ ਨੇ ਜਾਂ ਧਰਨੇ ਦੇ ਵਿੱਚ ਬੈਠੇ ਨੇ ਇਹ ਵਿਚੋਲੇ ਹੈਗੇ ਆ, ਅਤੇ ਜਿਹੜੇ ਤੁਹਾਨੂੰ ਕਿਸਾਨ ਉਹ ਤੁਹਾਨੂੰ ਖੇਤਾਂ 'ਚ ਜਾਂ ਮੰਡੀਆਂ 'ਚ ਮਿਲਣਗੇ। ਜਿਹੜੇ ਭਾਜਪਾ ਦੇ ਵਿਚੋਲਿਆਂ ਨੂੰ ਪਤਾ ਲੱਗ ਗਿਆ ਨਾ ਕੱਲ੍ਹ ਕੀ ਇਹਨਾਂ ਦਾ ਹਾਲ ਹੋਇਆ, ਅੰਬਾਲੇ 'ਚ ਕੀ ਹਾਲ ਹੋਇਆ, ਖੱਟੜ ਦਾ ਕੀ ਹਾਲ ਹੋਇਆ, ਸਾਰਾ ਹਰਿਆਣਾ ਉਹ ਕਹਿੰਦਾ ਜੀ ਪੰਜਾਬ ਦੇ ਨੇ, ਸਾਡਾ ਹਰਿਆਣੇ ਦਾ ਕੋਈ ਕਿਸਾਨ ਨਹੀਂ ਹੈ। ਅੱਜ ਸਾਰਾ ਹਰਿਆਣਾ ਪੰਜਾਬ ਦੇ ਕਿਸਾਨਾਂ ਤੋਂ ਵੀ ਅੱਗੇ ਲੱਗ ਕੇ ਖੜ੍ਹਾ ਹੋ ਗਿਆ, ਔਰ ਉਹ ਪੂਰੀ ਸਰਕਾਰ ਨੂੰ ਡੇਗ ਕੇ ਸੁੱਟਣਗੇ, ਔਰ ਉਹ ਪੂਰਾ ਜ਼ੋਰ ਲਾ ਰਹੇ ਨੇ ਕਿ ਇਹ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਕਿਸੇ ਵੀ ਕੀਮਤ 'ਤੇ। ਪੰਜਾਬ ਦੀ ਸਰਕਾਰ ਨੂੰ ਕਿੱਦਾਂ ਵੇਖ ਰਹੇ? ਪੰਜਾਬ ਸਰਕਾਰ ਕੀ ਸਭ ਦਾ ਡੂਬੀਅਸ ਕਰੈਕਟਰ ਹੈ, ਤੁਸੀਂ ਕੇਜਰੀਵਾਲ ਦਾ ਵੀ ਦੇਖ ਲਿਆ, ਉਹ ਬਿੱਲ ਹੀ ਪਾਸ ਕਰੀ ਜਾਂਦਾ, ਉਹਨੇ ਆਰਡੀਨੈਂਸ ਹੀ ਕਰ ਦਿੱਤਾ ਕਿ ਬਿੱਲ ਵਧੀਆ ਨੇ, ਹੁਣ ਫੜਿਆ ਗਿਆ ਤਾਂ ਹੁਣ ਉਲਟੇ ਪਾਸੇ ਚੱਲ ਰਿਹਾ। ਪੰਜਾਬ ਸਰਕਾਰ ਨੇ ਦਸਤਖਤ ਕੀਤੇ, ਕੇਜਰੀਵਾਲ ਦਾ ਬਿਆਨ ਇਹ ਹੈ ਕਿ ਕੇਂਦਰ ਅਤੇ ਕੈਪਟਨ ਦੋਸਤ ਆ ਗਿਆ। ਉਹ ਠੀਕ ਹੈ, ਅਤੇ ਤੂੰ ਕਿੱਦਾਂ ਦੋਸਤ ਹੈ? ਤੂੰ ਵੀ ਤਾਂ ਅਮਿਤ ਸ਼ਾਹ ਦਾ ਦੋਸਤ ਹੈ ਨਾ, ਤਾਂ ਹੀ ਤਾਂ ਰਿਵਾਇਟ ਦੇ ਵਿੱਚ 4 ਦਿਨ ਘਰ ਬੈਠਾ ਰਿਹਾ ਨਾ, 100 ਗਨਮੈਨ ਲੈ ਕੇ, ਤੂੰ ਵੀ ਤਾਂ ਉੱਥੇ ਜਾ ਸਕਦੇ, CMC ਕੋ ਤੂੰ ਦੋਸਤ ਨਹੀਂ ਹੈ, ਦੋਸਤ ਨੇ ਵੈਰੀ ਗੁੱਡ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉੰਨੀ ਇਨਵੋਲਵ ਹੈ ਜਿੰਨਾ ਕੇਜਰੀਵਾਲ ਇਨਵੋਲਵ ਹੈ, ਇਹਨਾਂ ਨੇ ਮੀਟਿੰਗ ਕੀਤੀ, ਬਿੱਲਾਂ ਦੇ ਦਸਤਖਤ ਕੀਤੇ, ਇਹਨਾਂ ਨੇ ਅਡਾਨੀਆਂ ਅੰਬਾਨੀਆਂ ਨੂੰ ਇਨਵਾਈਟ ਕੀਤਾ, ਉਹਨਾਂ ਨੂੰ ਪੰਚਾਇਤਾਂ ਦੀਆਂ ਜ਼ਮੀਨਾਂ ਖੋ ਕੇ ਦਿੱਤੀਆਂ, ਉਹਨਾਂ ਦੇ ਸੈਲੋ ਤਿਆਰ ਕਰਾਏ, ਇਹ ਸਾਰੇ ਭਾਈਵਾਲ ਨੇ, ਇਹ ਤਾਂ ਕਸੂਤੀ ਫਸ ਗਏ ਕਿ ਸਾਡਾ ਕਿਸਾਨ ਖੜਾ ਹੋ ਗਿਆ। ਭਾਜਪਾ ਦੇ ਆਗੂਆਂ ਦਾ ਕਹਿਣਾ ਕਿ ਜਿਹੜੇ 3 ਬਿੱਲ ਹੈਗੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹੈਗੇ, ਪਰ ਜਿਹੜੇ ਸ਼ੈਤਾਨੀ ਆਨਸਰ ਹੀ ਉਹੀ ਇਹਨਾਂ ਨੂੰ ਖਰਾਬ ਕਰ ਰਹੇ ਨੇ। ਅਸੀਂ ਕਹਿੰਦੇ ਹਾਂ ਜੀ ਕਿਸਾਨਾਂ ਦੇ ਹੱਕ 'ਚ ਤਾਂ ਕਿਸਾਨ ਨਹੀਂ ਨਾ ਚਾਹੁੰਦੇ ਉਹ ਬਿੱਲ, ਤੁਸੀਂ ਸਾਡੇ ਹੱਕ 'ਚ ਬਿੱਲ ਬਣਾਏ, ਅਸੀਂ ਨਹੀਂ ਚਾਹੁੰਦੇ ਬਿੱਲ ਆਪਦੇ ਵਾਪਸ ਲੈ ਲਓ। ਜੇ ਤੁਸੀਂ ਮੇਰੇ ਵਾਸਤੇ ਕੋਈ ਚੀਜ਼ ਬਣਾਉਂਦੇ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਮੈਨੂੰ ਤੁਹਾਡੇ ਨਹੀਂ ਚਾਹੀਦੇ, ਫਿਰ ਤੁਸੀਂ ਆਪਦੇ ਵਾਪਸ ਲੈ ਜਾਓ ਨਾ, ਕਾਨੂੰਨ ਸਾਡੇ 'ਤੇ ਕਿਉਂ ਥੋਪ ਰਹੇ ਜੇ? ਫਿਰ ਬਹੁਤ ਵਧੀਆ, ਤਾਂ ਆਪਦੇ ਕੋਲ ਰੱਖੋ ਜੀ, ਸਾਨੂੰ ਨਹੀਂ ਚਾਹੀਦੇ। ਨਰਿੰਦਰ ਮੋਦੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ? ਨਰਿੰਦਰ ਮੋਦੀ ਜੀ ਨੇ ਹਿੰਦੁਸਤਾਨ ਦਾ ਬੇੜਾ ਗਰਕ ਕੀਤਾ, ਜਦੋਂ ਦਾ ਆਇਆ ਇਹਨੇ ਕੋਈ ਨਾ ਕੋਈ ਹਰ 6 ਮਹੀਨਿਆਂ ਬਾਅਦ ਕੋਈ ਨਾ ਕੋਈ ਐਸਾ ਸ਼ੋਸ਼ਾ ਛੱਡਿਆ, ਐਸਾ ਸ਼ੋਸ਼ਾ ਛੱਡਿਆ ਕਿ ਹਿੰਦੁਸਤਾਨ ਦਾ ਛੱਡਿਆ ਹੀ ਕੱਖ ਨਹੀਂ, ਕਦੀ ਤਾਂ ਡੀਮੋਨਟੇਸ਼ਨ ਉੱਥੇ ਤੁਰ ਪੈਂਦਾ, ਕਦੀ ਇਹ CA ਵਾਸਤੇ ਤੁਰ ਪੈਂਦਾ, ਕਦੀ ਇਹ 370 ਤੁਰ ਪੈਂਦਾ, ਕਦੀ ਇਹ ਕਿਸਾਨਾਂ ਦੇ ਪਿੱਛੇ ਪੈ ਜਾਂਦਾ, ਇਹ ਤਾਂ ਨਵੇਂ ਤੋਂ ਨਵਾਂ ਸ਼ਕੂਫਾ ਐਸਾ ਛੱਡਦਾ ਕਿ ਅੱਜ ਹਿੰਦੁਸਤਾਨ ਨੂੰ ਇਹਨੇ 0 ਲਾਈਨ 'ਤੇ ਲਿਆ ਕੇ ਬਿਠਾ ਦਿੱਤਾ। ਪਰ ਕੈਪਟਨ ਮੋਦੀ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਐਕਟ ਪਾਸ ਹੋਇਆ ਸੀ ਦੋਨੋਂ ਪਾਰਟੀਆਂ ਦੇ ਸੈਡ ਹੋਏ, ਪੰਜਾਬ ਦੀ ਪਾਰਟੀਆਂ ਦੇ, ਅਤੇ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ, ਬਿਲਕੁਲ ਪਾਸ ਕੀਤੇ ਨੇ ਇਹਨਾਂ ਨੇ, ਇਹਨਾਂ ਦੇ ਵੀ ਹਿੱਸੇ ਨੇ ਅਡਾਨੀਆਂ ਅੰਬਾਨੀਆਂ ਨਾਲ। ਮੈਨੂੰ ਇਹ ਦੱਸੋ ਕਿ ਤੁਸੀਂ 14 ਕਿਲੋਮੀਟਰ ਲੰਬੀ
जमीन अक्वायर करके दिते रेलवे लाइन वास्ते जिताओं दे कोल जिहड़ा बनया है 1600 किलियां च है अडानी का 1600 किलियां च और एक पोलीटिकल पार्टी के हिस्सेदारी उन्होंने वो जमीन अक्वायर करके देंगे रेलवे लाइन स्पैशल जाती उतों तक और